ਬੀਐਡ ਸੈਮ 1 ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਦੇ ਵਿਦਿਆਰਥੀਆਂ ਨੂੰ ਚਿੰਤਾ ਹੈ ਕਿ ਕਦੋਂ ਡੇਟ ਸ਼ੀਟ ਆਏਗੀ ਜਾਂ ਡੇਟ ਕਦੋਂ ਤੋਂ ਐਗਜ਼ਾਮ ਸ਼ੁਰੂ ਹੋਣਗੇ ਸੋ ਮੈਂ ਦੋ ਵਾਰ ਫੋਨ ਕਰਕੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਪਤਾ ਕੀਤਾ ਹੈ ਅਜੇ ਤੱਕ ਡੇਟ ਸ਼ੀਟ ਤਿਆਰ ਨਹੀਂ ਹੋਈ ਲਾਸਟ ਫੇਜ਼ ਤੇ ਹੈ ਡੇਟ ਦੀ ਪਹਿਲਾਂ ਵੀ ਮੈਂ ਵੀਡੀਓ ਪਾ ਚੁੱਕਾ ਹਾਂ ਲਗਭਗ ਇਹ 20 ਦੇ ਕਰੀਬ ਹੋਏਗੀ ਪੰਜਾਬੀ ਯੂਨੀਵਰਸਿਟੀ ਪਟਿਆਲਾ ਤੇ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੀ ਡੇਟ 8 ਤੋਂ 10 ਜਨਵਰੀ ਤੋਂ ਸ਼ੁਰੂ ਹੋ ਰਹੀ ਹੈ ਅਲੱਗ ਤੋਂ ਵੀਡੀਓ ਪਾ ਦਿੱਤੀ ਗਈ ਹੈ ਸੋ ਮੈਕਸਿਮਮ ਸੰਭਾਵਨਾ ਹੈ ਕਿ 10 ਤੋਂ 20 ਜਨਵਰੀ ਦੇ ਵਿਚਕਾਰ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਬੀਐਡ ਸੈਮ 1 ਦੇ ਪੇਪਰ ਥਿਊਰੀ ਪੇਪਰ ਸ਼ੁਰੂ ਹੋ ਜਾਣਗੇ ਥੈਂਕ ਯੂ